ਜੇਕਰ ਤੁਸੀਂ ਵੀ ਫੇਸਬੁੱਕ ਦੇ ਉੱਤੇ ਇਹ ਗਲਤੀ ਕਰਦੇ ਹੋ ਤਾਂ ਤੁਹਾਨੂੰ ਫੇਸਬੁੱਕ ਨੇ ਇੱਕ ਵੀ ਰੁਪਈਆ ਨਹੀਂ ਦੇਣਾ ਗਾ। ਤਾਂ ਸੈਟਿੰਗ ਜੇਕਰ ਕਰਨੀ ਆ ਤਾਂ ਪੂਰੀ ਕਰਿਆ ਕਰੋ, ਨਹੀਂ ਅੱਧ ਵਿਚਾਲੇ ਨਾ ਰੱਖਿਆ ਕਰੋ, ਕਿਉਂਕਿ ਅੱਧ ਵਿਚਾਲੇ ਨਾਲ ਨਾ ਤਾਂ ਆਪਣਾ ਪੇਜ ਗਰੋ ਹੁੰਦਾ ਅਤੇ ਨਾ ਹੀ ਆਪਾਂ ਅੱਗੇ ਵੱਧ ਸਕਦੇ ਹਾਂ ਅਤੇ ਨਾ ਹੀ ਆਪਣਾ ਕੋਈ ਸੈਟਅਪ ਖੁੱਲ੍ਹਣਾ ਗਾ। ਤਾਂ ਆਪਣੇ ਕੋਲ ਬਾਈ ਆਇਆ ਮੰਡੀ ਕਲਾਂ ਤੋਂ, ਤਾਂ ਬਾਈ ਦੇ ਪੇਜ ਦੀ ਆਪਾਂ ਪੂਰੀ ਸੈਟਿੰਗ ਕਰਕੇ ਦਿੱਤੀ ਆ, 2500 ਫੋਲੋਵਰ ਆ, ਹਾਲੇ ਤੱਕ ਕੋਈ ਵੀ ਸੈਟਅਪ ਨਹੀਂ ਖੁੱਲ੍ਹਿਆ, ਕਿਉਂਕਿ 500 ਫੋਲੋਵਰ 'ਤੇ ਹੀ ਜਿਹੜਾ ਆਪਾਂ ਨੂੰ ਸੈਟਅਪ ਖੁੱਲ੍ਹ ਜਾਂਦਾ ਹੁੰਦਾ ਸਟਾਰਾਂ ਦਾ। ਹਾਲੇ ਤੱਕ ਬਾਈ ਨੂੰ ਕੋਈ ਵੀ ਸੈਟਅਪ ਨਹੀਂ ਖੁੱਲ੍ਹਿਆ, ਬਾਈ 2-4 ਗਲਤੀਆਂ ਕਰੀ ਬੈਠਾ ਸੀ, ਉਹ ਗਲਤੀਆਂ ਸੈੱਟ ਕੀਤੀਆਂ ਅਤੇ ਬਾਈ ਦੇ ਪੇਜ ਦਾ ਪੂਰਾ ਆਪਾਂ ਸੈਟਅਪ ਕਰਕੇ ਦਿੱਤਾ। ਬਾਈ ਪੂਰਾ ਸੈਟਅਪ ਕਰਕੇ ਦਿੱਤਾ, ਸੈਟਿੰਗ ਕਰਕੇ ਦਿੱਤੀਆਂ, ਖੁਸ਼ ਹਾਂ ਇਸ ਚੀਜ਼ ਤੋਂ? ਹਾਂਜੀ ਬਾਈ, ਪੂਰਾ ਖੁਸ਼ ਹਾਂ, ਬਹੁਤ ਵਧੀਆ। ਜਿਹੜਾ ਸਿੱਖਣ ਨੂੰ ਮਿਲਿਆ ਕਿ ਨਾ ਮਿਲਿਆ ਤੈਨੂੰ? ਪੂਰਾ ਬਾਈ ਪੂਰੀ ਨੌਲੇਜ ਦਿੱਤੀ ਹੈ ਬਾਈ, ਤੁਸੀਂ ਪੂਰਾ ਵਧੀਆ ਬਾਈ ਨੂੰ ਆਪਾਂ ਪੂਰੀ ਗਾਈਡੈਂਸ ਦਿੱਤੀ ਹੈ ਕਿਵੇਂ ਕੀ ਕਰਨਾ। ਹੁਣ ਬਾਈ ਗਲਤੀ ਕੀ ਕਰੀ ਬੈਠਾ ਜੀ, ਆਪਦੇ ਫੋਨ ਦੇ ਵਿੱਚ ਜਿਹੜਾ ਅਬਾਊਟ ਦੇ ਵਿੱਚ ਜਾਂਦੇ ਹਾਂ ਨਾ ਆਪਾਂ, ਅਬਾਊਟ ਨੂੰ ਨੋਰਮਲੀ ਸਮਝ ਲੈਂਦੇ ਹਾਂ, ਪਰ ਉਹ ਨੋਰਮਲ ਨਹੀਂ ਹੁੰਦਾ, ਉਹਦੇ ਵਿੱਚ ਸਾਰਾ ਕੁਝ ਫਿਲਅਪ ਕਰਨਾ ਪੈਂਦਾ ਗਾ। ਜੇ ਆਪਾਂ ਉਹਦੇ ਵਿੱਚ ਫਿਲਅਪ ਕਰਾਂਗੇ ਫਿਰ ਹੀ ਆਪਣਾ ਜਿਹੜਾ ਅੱਗੇ ਪ੍ਰੋਸੈਸ ਵੱਧਦਾ, ਆਪਣਾ ਪੇਜ ਦਾ ਸੈਟਅਪ ਆ ਜਿਹੜਾ ਉਹ ਕੰਪਲੀਟ ਹੁੰਦਾ। ਅਤੇ ਦੂਜੀ ਗੱਲ, ਬਾਈ ਪਾ ਰਿਹਾ ਸੀ ਰੀਲਾਂ, ਰੀਲਾਂ ਦੇ ਵਿੱਚ ਵੋਇਸ ਓਵਰ ਤਾਂ ਕਰ ਰਿਹਾ ਸੀ, ਜਿਹੜੀ ਮੇਨ ਚੀਜ਼ ਆ ਉਹ ਕੰਮ ਛੱਡ ਰੱਖਿਆ ਸੀ। ਉਹਦੇ ਵਿੱਚ ਕੀ ਆ ਕਿ ਉਹਦੇ ਵਿੱਚ ਆਪਣੀ ਫੇਸ ਵੈਲਿਊ ਦੇਣੀ ਭੁੱਲ ਗਿਆ। ਤਾਂ ਜੇਕਰ ਆਪਾਂ ਕਿਸੇ ਦੀ ਵੀਡੀਓ ਚੱਕਦੇ ਹਾਂ, ਕਾਪੀ ਪੇਸਟ ਕਰਦੇ ਹਾਂ, ਤਾਂ ਉਹਦੇ ਵਿੱਚ 30% ਦੂਸਰੇ ਬੰਦੇ ਦਾ ਅਤੇ 70% ਆਪਦੀ ਜਿਹੜੀ ਆ ਅਵੇਲੇਬਿਲਟੀ ਹੋਣੀ ਚਾਹੀਦੀ ਆ, ਫਿਰ ਜਾ ਕੇ ਆਪਣਾ ਪੇਜ ਵਗੈਰਾ ਮੋਨੋਟਾਈਜ਼ ਹੁੰਦਾ। ਅਤੇ ਬਾਈ ਦਾ ਹੁਣ ਆਪਾਂ ਹੋ ਸਕਦਾ ਕਿ ਬਾਈ ਦੇ ਆਪਾਂ ਫੋਲੋਵਰ ਵੀ ਕਰਕੇ ਦੇਵਾਂਗੇ, ਅੱਜ 2500 ਫੋਲੋਵਰ ਆ, ਅਤੇ ਬਾਈ ਨੇ ਕਿਹਾ ਸੀ ਕਿ ਮਿਲ ਕੇ ਆਪਾਂ ਇਹਦੀ ਰਾਏ ਬਣ ਗਈ ਕਿ ਮੈਨੂੰ ਬਾਈ ਫੋਲੋਵਰ ਵੀ ਪੂਰੇ ਕਰਕੇ ਦੇ, ਤਾਂ ਆਪਾਂ ਬਾਈ ਦੇ ਅੱਜ ਫੋਲੋਵਰ ਵੀ ਪੂਰੇ ਕਰਕੇ ਦੇਵਾਂਗੇ। ਤਾਂ ਹੁਣ ਦੇ ਟਾਈਮ ਦੇ ਵਿੱਚ 2500 ਫੋਲੋਵਰ ਆ, 100% ਜੈਨੂਅਨ ਪੰਜਾਬੀ ਫੋਲੋਵਰ ਕਰਕੇ ਦੇਵਾਂਗੇ। ਬਾਈ ਦਾ ਆਪਾਂ ਪੂਰਾ ਸੈਟਅਪ ਕਰਕੇ ਦਿੱਤਾ ਪੇਜ ਦਾ, ਪੂਰੀ ਸੈਟਿੰਗ ਕਰਕੇ ਦਿੱਤੀ ਆ, ਜਿਹੜੀਆਂ ਗਲਤੀਆਂ ਸੀ ਉਹ ਵੀ ਬਾਈ ਨੂੰ ਦੱਸੀਆਂ, ਅਤੇ ਕਿਸ ਤਰ੍ਹਾਂ ਗਰੋ ਕਰਨਾ ਗਾ ਉਹ ਵੀ ਬਾਈ ਨੂੰ ਦੱਸਿਆ, ਕਿਸ ਤਰ੍ਹਾਂ ਟਾਈਮਿੰਗ ਪੂਰੀ ਕਰਨੀ ਆ, ਇਕੱਲੀ ਇਕੱਲੀ ਚੀਜ਼ ਬਾਈ ਨੂੰ ਆਪਾਂ ਸਮਝਾਈ ਹੈਗੀ। ਅਤੇ ਬਾਈ ਮੰਡੀ ਕਲਾਂ ਤੋਂ ਮਿਲਣ ਆਇਆ ਸੀ, ਅਤੇ ਅੱਜ ਸਪੈਸ਼ਲ ਬਾਈ ਨੂੰ ਫੋਨ ਆਇਆ ਗਾ, ਅਤੇ ਅੱਜ ਭੁੱਲ ਭੁਲੇਖੀ ਕਹਿ ਲਓ ਵੀ ਚੱਕਿਆ ਗਿਆ, ਕਿਉਂਕਿ ਮੈਂ ਬਹੁਤ ਘੱਟ ਫੋਨ ਆ ਜਿਹੜੇ ਚੱਕ ਰਿਹਾ ਹੈਗਾ, ਕਿਉਂਕਿ ਮੇਰਾ ਆਪਦਾ ਸ਼ਡਿਊਲ ਆ ਜਿਹੜਾ ਉਹ ਬਿਜ਼ੀ ਹੈਗਾ। ਤਾਂ ਬਾਈ ਦਾ ਫੋਨ ਚੱਕਿਆ ਗਿਆ ਅਤੇ ਮੈਂ ਫ੍ਰੀ ਸੀਗਾ, ਰੱਬ ਕਰੇ ਕਿ ਮੈਂ ਫ੍ਰੀ ਹੋਵਾਂ ਸਾਰਿਆਂ ਖਾਤਰ ਅਤੇ ਸਾਰਿਆਂ ਨੂੰ ਟਾਈਮ ਦੇਵਾਂ। ਅਤੇ ਬਾਈ ਨੂੰ ਮੈਂ ਆਖਤਾ ਵੀ ਜੇ ਆ ਸਕਦਾ ਤਾਂ ਜਲਦੀ ਜਲਦੀ ਆ, ਬਾਈ ਨੇ ਘੰਟੇ ਦੇ ਅੰਦਰ ਅੰਦਰ ਹੀ ਮੇਰੇ ਕੋਲ ਜਿਹੜਾ ਉਹ ਪਹੁੰਚ ਗਿਆ, ਅਤੇ ਬਾਈ ਦਾ ਪੂਰਾ ਆਪਾਂ ਸੈਟਅਪ ਕਰਕੇ ਦਿੱਤਾ, ਅਤੇ ਹੁਣ ਇਹਨੂੰ ਬਾਈ ਨੂੰ ਫੋਲੋਵਰ ਵੀ ਕਰਕੇ ਦੇਵਾਂਗੇ, ਪੂਰੀ ਗਾਈਡੈਂਸ ਦਿੱਤੀ ਹੈ, ਅਤੇ ਬਾਈ ਪੂਰਾ ਖੁਸ਼ ਆ। ਬਾਈ ਪੂਰੀ ਵਧੀਆ ਗੱਲਬਾਤ ਹੋ ਗਈ ਨਾ? ਵਧੀਆ ਬਾਈ, ਜਮਾਂ ਪੂਰਾ ਵਧੀਆ ਨੌਲੇਜ ਦਿੱਤੀ ਤੁਸੀਂ, ਸਾਰਾ ਕੁਝ ਸਮਝਾਇਆ, ਅਤੇ ਜਿਹੜਾ ਆਪਾਂ ਨੂੰ ਫੋਲੋਵਰ ਵੀ ਬਾਈ ਨੇ ਕਰਕੇ ਦੇਣੇ ਹੈਗੇ, ਅਤੇ ਜਮਾਂ ਓਰੀਜਨਲ ਆ, ਜਮਾਂ ਜੈਨੂਅਨ ਹੋਣਗੇ ਸਾਰਾ ਕੁਝ। ਬਾਈ ਨੇ ਜਿਹੜੀ ਜਾਣਕਾਰੀ ਵੀ ਸਾਰੀ ਆਪਾਂ ਨੂੰ ਦਿੱਤੀ ਆ, ਕੁਛ ਜਿਹੜੀਆਂ ਗਲਤੀਆਂ ਪਿੱਛੇ ਹੋ ਰਹੀਆਂ ਸੀਗੀਆਂ ਵੀ ਜਿਹੜਾ ਇਕੱਲਾ ਵੋਇਸ ਓਵਰ ਨਾਲ ਜਿਹੜਾ ਨਹੀਂ ਸੀ ਗੱਲਬਾਤ ਬਣ ਰਹੀ, ਹੁਣ ਆਪਾਂ ਵੀਡੀਓ ਜਿਹੜੀਆਂ ਬਣਾਉਣੀਆਂ ਉਹ ਆਪਦਾ ਫੇਸ ਆ ਜਿਹੜਾ ਫੇਸ ਵੈਲਿਊ ਹੀ ਦਿਖਾਉਣੀ ਆ, ਫੇਸ ਵੀ ਵਿੱਚ ਲੈ ਕੇ ਆਉਣਾ, ਸਾਰੀ ਬਾਈ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਅਤੇ ਆਪਣਾ ਪੇਜ ਆ ਜਿਹੜਾ ਉਹ ਸਾਰਾ ਸਹੀ ਹੋ ਗਿਆ, ਅਤੇ ਅੱਗੇ ਜਾ ਕੇ ਆਪਾਂ ਵੀਡੀਓ ਹੋਰ ਵਧੀਆ ਪਾ ਜਾਵਾਂਗੇ। ਅਤੇ ਹੁਣ ਬਾਈ ਦੇ ਪੇਜ 'ਤੇ ਨਿਗਾਹ ਰੱਖਿਓ ਅਤੇ ਬਾਈ ਨੂੰ ਫੋਲੋ ਵੀ ਕਰ ਲਿਓ, ਮੈਂ ਪੇਜ ਦਾ ਸਕਰੀਨਸ਼ੋਟ ਵੀ ਲਾਤਾ, ਅਤੇ ਹੁਣ 2500 ਆ, ਅਤੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਥੋੜ੍ਹੇ ਦਿਨਾਂ ਤੱਕ ਬਾਈ ਦੇ ਫੋਲੋਵਰ ਆ ਜਿਹੜੇ ਉਹ 3500 ਦੇ ਲਗਭਗ ਹੋ ਜਾਣਗੇ, ਬਾਈ ਨੇ 1000 ਫੋਲੋਵਰ ਆ ਜਿਹੜਾ ਆਪਣੇ ਤੋਂ ਲੈਣਾ ਗਾ। ਅਤੇ ਇੱਦਾਂ ਦੀਆਂ ਹੋਰ ਵੀਡੀਓ ਲਈ ਆਪਣੇ ਪੇਜ ਨੂੰ ਫੋਲੋ ਕਰ ਲਿਓ, ਅਤੇ ਬਾਈ ਨੂੰ ਵੀ ਫੋਲੋ ਕਰ ਲਿਓ, ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ।